ਬੇਨਤੀ ਇਹ ਹੈ ਜੀ ਵੀ ਇੱਥੇ ਓਵਰ ਬ੍ਰਿਜ ਬਣ ਰਿਹਾ ਜੀ, ਸੰਘਰਸ਼ ਕਮੇਟੀ ਐਂਟੀ ਫਲਾਈ ਓਵਰ ਸੰਘਰਸ਼ ਕਮੇਟੀ ਬਣੀ ਹੋਈ ਹੈ, ਉਹਦੇ ਸੱਦੇ 'ਤੇ ਅੱਜ ਪੰਜਵਾਂ ਦਿਨ ਹੈ ਜੀ ਇੱਥੇ ਸਾਡਾ ਰੋਸ ਧਰਨਾ ਚੱਲ ਰਿਹਾ ਹੈ। ਇਹ ਸਾਰੇ ਲੋਕ ਜਿਹੜੇ ਬੈਠੇ ਆ ਇਹ ਦੁਕਾਨਦਾਰ ਵੀਰ ਆ ਦੋਹਾਂ ਮੰਡੀਆਂ ਦੇ, ਅਤੇ ਇਹਨਾਂ ਨੂੰ ਪ੍ਰੋਬਲਮ ਆ ਵੀ ਇਹ ਬਣਨਾ ਨਹੀਂ ਚਾਹੀਦਾ। ਇੱਥੋਂ 400-500 ਬੱਚਾ ਰੋਜ਼ ਉੱਧਰ ਨੀਅਰ 300 ਮੀਟਰ 'ਤੇ ਇੱਕ ਭਾਰਤੀਆ ਮਾਡਲ ਸਕੂਲ ਹੈ ਜੋ ਮੰਡੀ ਦਾ ਮੇਨ ਸਕੂਲ ਹੈ, ਉਹ ਮੇਨ ਸਕੂਲ ਆ ਜੀ। ਉਹ ਇੱਥੋਂ ਪਹਿਲਾਂ 2 ਕਿਲੋਮੀਟਰ ਇੱਧਰ ਜਾਣਗੇ, ਉਹ ਰੇਲਵੇ ਦੀ ਹੈਗੀ ਹੈ ਚੌਕੀ ਹੈ, ਇੱਧਰ ਫਿਰ ਸੂਏ 'ਤੇ ਜਾਣਗੇ। ਹਰੇਕ ਬੱਚੇ ਨੂੰ 5-6 ਕਿਲੋਮੀਟਰ ਪਰ ਗੇੜਾ, ਇੱਕ ਗੇੜੇ ਮਗਰ ਵੱਧ ਲਾਉਣਾ ਪਊਗਾ। ਇੱਕ ਅਸੀਂ ਕੈਲਕੂਲੇਸ਼ਨ ਕਰੀ ਹੈ, 300 ਰੁਪਏ ਦਾ ਪੈਟਰੋਲ ਰੋਜ਼ ਵੱਧ ਬੱਚਿਆ ਕਰੂੰ, ਡੀਜ਼ਲ ਵੱਧ ਬੱਚਿਆ ਕਰੂੰ, ਪਲੱਸ ਉਹਨਾਂ ਦਾ ਟਾਈਮ ਵੱਧ ਵੇਸਟ ਹੋਊਗਾ। ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਕਿ ਰੇਲਵੇ ਕਰੋਸਿੰਗ ਦੀਆਂ, ਜਿੱਥੇ ਕੁਝ ਦੁਕਾਨਦਾਰਾਂ ਵੱਲੋਂ ਜਿਹੜਾ ਪੁਲ ਬਣਨ ਦੇ ਵਿਰੋਧ ਦੇ ਵਿੱਚ ਪਿਛਲੇ 4 ਦਿਨਾਂ ਤੋਂ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ। ਦੁਕਾਨਦਾਰ ਜਿਹੜੇ ਵੀਰ ਆ ਸਾਡੇ ਨਾਲ ਮੌਜੂਦ ਹੈਗੇ, ਇਹਨਾਂ ਦੀ ਹਾਜ਼ਰੀ ਦੇ ਵਿੱਚ ਜਿਹੜਾ ਧਰਨਾ ਰਾਮਪੁਰਾ ਫੂਲ ਦੇ ਰੇਲਵੇ ਕਰੋਸਿੰਗ 'ਤੇ ਲੱਗਿਆ ਵਾਗਾ, ਆਵਾਜਾਈ ਦੇ ਵਿੱਚ ਜ਼ਰੂਰ ਥੋੜ੍ਹੀ ਮੋਟੀ ਜਿਹੜੀ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਇਸ ਚੀਜ਼ ਦੇ ਨਾਲ, ਪਰ ਫਿਰ ਵੀ ਇਹਨਾਂ ਵੱਲੋਂ ਜਿਹੜਾ ਹੈਗਾ ਇਸ ਲੋਕਾਂ ਦੀ ਪਰੇਸ਼ਾਨੀ ਦੇ ਮੱਦੇਨਜ਼ਰ ਇੱਕ ਸਾਈਡ ਨੂੰ ਹੀ ਜਿਹੜਾ ਬਲੌਕ ਕੀਤਾ ਗਿਆ ਹੈਗਾ। ਸਾਡੇ ਨਾਲ ਮੌਜੂਦ ਹੈਗੇ ਪ੍ਰਦਰਸ਼ਨਕਾਰੀ, ਇਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਰ, ਜਿਹੜਾ ਤੁਹਾਡੇ ਵੱਲੋਂ ਪਿਛਲੇ 4 ਦਿਨਾਂ ਤੋਂ ਜਿਹੜਾ ਓਵਰ ਬ੍ਰਿਜ ਆ ਇਸ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ, ਕੀ ਕਹਿਣਾ ਸਰ? ਹਾਂਜੀ, ਇਹ ਬੇਨਤੀ ਇਹ ਹੈ ਜੀ ਵੀ ਇੱਥੇ ਓਵਰ ਬ੍ਰਿਜ ਬਣ ਰਿਹਾ ਜੀ, ਸੰਘਰਸ਼ ਕਮੇਟੀ ਐਂਟੀ ਫਲਾਈ ਓਵਰ ਸੰਘਰਸ਼ ਕਮੇਟੀ ਬਣੀ ਹੋਈ ਹੈ, ਉਹਦੇ ਸੱਦੇ 'ਤੇ ਅੱਜ ਪੰਜਵਾਂ ਦਿਨ ਹੈ ਜੀ ਇੱਥੇ ਸਾਡਾ ਰੋਸ ਧਰਨਾ ਚੱਲ ਰਿਹਾ ਹੈ। ਇਹ ਸਾਰੇ ਲੋਕ ਜਿਹੜੇ ਬੈਠੇ ਆ ਇਹ ਦੁਕਾਨਦਾਰ ਵੀਰ ਆ ਦੋਹਾਂ ਮੰਡੀਆਂ ਦੇ, ਅਤੇ ਇਹਨਾਂ ਨੂੰ ਪ੍ਰੋਬਲਮ ਆ ਵੀ ਇਹ ਬਣਨਾ ਨਹੀਂ ਚਾਹੀਦਾ। ਉਹਦੇ ਕਈ ਮੈਰਿਟ ਕਈ ਡੀਮੈਰਿਟਸ ਨੇ, ਅਤੇ ਉਹ ਅਸੀਂ ਤੁਹਾਨੂੰ ਦੱਸਦੇ ਹਾਂ, ਥੋੜ੍ਹੇ ਬਰੀਫਲੀ ਦੱਸ ਦਿੰਦੇ ਹਾਂ। ਜਿਵੇਂ ਆਹ ਮਨੋਚਾ ਕਲੋਨੀ ਹੈ, ਇੱਥੋਂ 400-500 ਬੱਚਾ ਰੋਜ਼ ਉੱਧਰ ਨੀਅਰ 300 ਮੀਟਰ 'ਤੇ ਇੱਕ ਭਾਰਤੀਆ ਮਾਡਲ ਸਕੂਲ ਹੈ ਜੋ ਮੰਡੀ ਦਾ ਮੇਨ ਸਕੂਲ ਹੈ, ਉਹ ਮੇਨ ਸਕੂਲ ਆ ਜੀ। ਉਹ ਇੱਥੋਂ ਪਹਿਲਾਂ 2 ਕਿਲੋਮੀਟਰ ਇੱਧਰ ਜਾਣਗੇ, ਉਹ ਰੇਲਵੇ ਦੀ ਹੈਗੀ ਹੈ ਚੌਕੀ ਹੈ, ਇੱਧਰ ਫਿਰ ਸੂਏ 'ਤੇ ਜਾਣਗੇ। ਹਰੇਕ ਬੱਚੇ ਨੂੰ 5-6 ਕਿਲੋਮੀਟਰ ਪਰ ਗੇੜਾ, ਇੱਕ ਗੇੜੇ ਮਗਰ ਵੱਧ ਲਾਉਣਾ ਪਊਗਾ। ਇਸੇ ਤਰ੍ਹਾਂ ਕੋਈ ਵੀਰ ਦਾ ਇੱਧਰ ਘਰ ਹੈ, ਇੱਧਰ ਦੁਕਾਨ ਹੈ, ਇੱਧਰ ਘਰ ਹੈ, ਇੱਧਰ ਸੈਲਰ ਹੈ, ਜਿਹਦੇ ਜਿਹੜੇ ਐਵਰੇਜ 3-4 ਵਾਰ ਟੱਪਦੇ ਹੈ, ਉਹ ਸਕੂਟਰ ਮੋਟਰਸਾਈਕਲ ਹੋਰ ਵਹੀਕਲ ਲੈ ਕੇ ਟੱਪਦੇ ਹੈ, ਉਹਨਾਂ ਦਾ ਇੱਕ ਅਸੀਂ ਕੈਲਕੂਲੇਸ਼ਨ ਕਰੀ ਹੈ, 300 ਰੁਪਏ ਦਾ ਪੈਟਰੋਲ ਰੋਜ਼ ਵੱਧ ਬੱਚਿਆ ਕਰੂੰ, ਡੀਜ਼ਲ ਵੱਧ ਬੱਚਿਆ ਕਰੂੰ, ਪਲੱਸ ਉਹਨਾਂ ਦਾ ਟਾਈਮ ਵੱਧ ਵੇਸਟ ਹੋਊਗਾ। ਉੱਤੇ ਫਿਰ ਆਹ ਜਦੋਂ ਬਣ ਗਿਆ ਆਹ ਘਰ ਹੈ, ਇਹਨਾਂ ਦੀ ਕੋਈ ਸਿਕਿਉਰਿਟੀ ਨਹੀਂ ਰਹਿਣੀ, ਉਹ ਬਿਲਕੁਲ ਫਲਾਈਓਵਰ ਹੈ ਜਿਹੜਾ ਬਿਲਕੁਲ ਨੇੜੇ ਆ ਜਾਣਾ, ਅਤੇ ਉਹਨਾਂ ਦੇ ਚਾਹੇ ਕੋਈ ਰੋੜਾ ਮਾਰਦੇ ਤੁਰਿਆ ਜਾਂਦਾ। ਅਸੀਂ ਇਹ ਮਤਲਬ ਕਮਲੇ ਨਹੀਂ ਆ ਜਿਹੜਾ ਲਾਇਆ, 44-43 ਡਿਗਰੀ ਸੈਲਸੀਅਸ 'ਚ ਬੈਠੇ ਆ ਇੱਥੇ। ਸਾਡਾ ਮਰਾਦ ਹੈ ਵੀ ਇਹਦਾ, ਅਸੀਂ ਗੌਰਮੈਂਟ ਨੂੰ ਬੇਨਤੀ ਕਰਦੇ ਵੀ ਇਹਦਾ ਵਿਕਲਪ ਹੈਗਾ, ਵਿਕਲਪ ਇਹਦਾ ਇਹ ਹੈ ਵੀ ਇੱਥੇ ਅੰਡਰਪਾਸ ਬਣਨਾ ਚਾਹੀਦਾ। ਉਹ ਪਹਿਲੀ ਸਰਕਾਰ ਵੇਲੇ ਅੰਡਰਪਾਸ ਪਾਸ ਵੀ ਹੋਇਆ, ਅਪਰੂਵ ਹੋਇਆ ਵਾ, ਉਹ ਸਾਰਾ ਹੀ 7 ਕਰੋੜ ਦਾ ਪ੍ਰੋਜੈਕਟ ਹੈ ਜੀ। ਸਰ, ਜਿਹੜਾ ਤੁਸੀਂ ਕਹਿ ਰਹੇ ਹੋ ਵੀ ਪਹਿਲੀ ਸਰਕਾਰ ਜਦੋਂ ਅਕਾਲੀ ਦਲ ਦੀ ਸਰਕਾਰ ਸੀਗੀ, ਉਦੋਂ ਇਹ ਜਿਹੜਾ ਅਪਰੂਵ ਹੋ ਗਿਆ ਸੀਗਾ, ਤੁਹਾਡੇ ਕੋਲ ਕੀ ਉਸ ਦੀ ਕੋਈ ਕਾਪੀ ਹੈਗੀ ਹੈ? ਹਾਂਜੀ, ਉਹ ਸਾਡੇ ਬੰਦੇ ਲੈਣ ਗਏ, ਕਾਪੀ ਸਾਨੂੰ ਉਪਲਬਧ ਹੋ ਜੂ, ਸਾਨੂੰ ਪਤਾ ਲੱਗਿਆ ਸੋਰਸਿਸ ਤੋਂ ਵੀ ਉਹ ਕਾਪੀ ਐਡੀਸੀ 'ਤੇ ਦਿੰਦੇ ਨਹੀਂ ਗਏ, ਉਹ ਰੇਲਵੇ ਦੇ ਉੱਚ ਅਧਿਕਾਰੀਆਂ ਕੋਲ ਕਾਪੀ ਹੈ। ਪਹਿਲਾਂ ਸਾਨੂੰ ਸੀ ਵੀ ਕਿਤੇ ਐਸਟੀਮੇਟ ਪਾਸ ਹੋਇਆ, ਐਸਟੀਮੇਟ ਨਹੀਂ ਹੈ, ਉਹ ਅਪਰੂਵ ਹੋਇਆ ਵਾ। ਅਤੇ ਉਹ ਤੁਹਾਨੂੰ ਇੱਕ ਹੋਰ ਤੁਹਾਡੀ ਜਾਣਕਾਰੀ 'ਚ ਵਾਧਾ ਕਰਦੇ ਆ ਜੀ, ਉਹ ਇੱਥੋਂ ਜਿਵੇਂ ਆਹ ਬਿਲਡਿੰਗਾਂ ਦਿਖਦੀਆਂ ਨਾ 17 ਫੁੱਟ ਚੌੜੀਆਂ ਅਤੇ 100 ਫੁੱਟ ਫਰੰਟ ਹੈ ਇਹਦਾ, ਜੇ ਇੱਧਰ ਨੂੰ ਬਣ ਗਏ ਤਾਂ ਇਹ ਬਿਲਡਿੰਗ ਇਫੈਕਟ ਹੁੰਦੀ ਹੈ ਮੇਨਲੀ। ਅਸੀਂ ਯਕੀਨ ਦਿਵਾਉਂਦੇ ਹਾਂ ਸ਼ਹਿਰ ਵਾਲੇ ਨਿਵਾਸੀਆਂ ਵੱਲੋਂ ਵੀ ਉਹਨਾਂ ਤੱਕ ਅਸੀਂ ਪਰਸਨਲ ਅਪਰੋਚ ਵੀ ਕਰੀ ਹੈ ਵੀ ਜੇ 15-20% ਵੱਧ ਦੇ ਕੇ ਵੀ ਸਰਕਾਰ ਖਰੀਦ ਲਏ ਤਾਂ ਵੀ ਕਿਤੇ ਘੱਟ ਜਿਹੜਾ 80-85 ਕਰੋੜ ਲਾਉਣਾ ਹੈ, ਉਦੋਂ 7 ਕਰੋੜ ਨਹੀਂ 10 ਕਰੋੜ ਲੱਗ ਜੂਗਾ, 12 ਕਰੋੜ ਲੱਗ ਜੂਗਾ ਸਾਰੀ ਮੰਡੀ ਵਿੱਚ। ਅੱਛਾ ਜੀ, ਇਹ ਸਾਰੀਆਂ ਮੰਡੀਆਂ ਡੁੱਬ ਜਾਣੀਆਂ, ਇਹ ਪਾਣੀ ਦਾ ਫਲੋ ਇੱਧਰ ਨੂੰ ਹੈ, ਇੱਥੇ ਜਦੋਂ ਕੰਧ ਹੋ ਗਈ ਨਾ ਜੀ, ਇੱਥੇ 4-5 ਫੁੱਟ ਜਿਹਦੇ 3-4 ਦਿਨ ਮੀਂਹ ਪੈ ਜਾਂਦਾ, ਤੁਸੀਂ ਵੀ ਲੋਕ ਕਰੋ ਇੱਥੋਂ ਸਰ ਜੀ, ਇੱਥੇ ਨਾ 3-4-5 ਫੁੱਟ ਪਾਣੀ ਖੜ ਜਾਂਦਾ, ਅਤੇ ਸਾਰੇ ਬਾਜ਼ਾਰਾਂ 'ਚ ਖੜੂਗਾ ਫਿਰ 3 ਫੁੱਟ ਐਵਰੇਜ, 3.5 ਫੁੱਟ ਆ ਸਾਰੀ ਮੰਡੀ ਦੇ ਵਿੱਚ
ਐ ਨਹੀਂ ਹੈ ਵੀ ਨਿਊ ਮਾਰਕੀਟ ਤੋਂ ਦੂਰ ਹੈ, ਆਰੀਆ ਸਕੂਲ ਹੈ ਰੋਡ ਦੂਰ ਹੈ ਜਾਂ ਗੁਰੂ ਨਾਨਕ ਮਹੱਲਾ ਦੂਰ ਹੈ, ਉਹਨਾਂ 'ਤੇ ਵੀ ਅਸਰ ਜਾਣਾ ਹੈਗਾ। ਫੂਲ ਬਾਜ਼ਾਰ, ਖਾਤੀ ਬਾਜ਼ਾਰ, ਗਿੱਲ ਬਾਜ਼ਾਰ, ਸਦਰ ਬਾਜ਼ਾਰ, ਕਵਾੜੀਆ ਬਾਜ਼ਾਰ, ਸਾਰਿਆਂ ਦੇ ਉੱਤੇ ਉਹ ਸਾਰੀ ਮੰਡੀ ਡੁੱਬੂਗੀ। ਫਿਰ ਇੱਧਰ ਗਾਂਧੀ ਨਗਰ ਹੈ, ਕੋਈ ਇੱਥੋਂ ਬੱਚਾ ਬੱਚੀ ਸਾਡੀ ਉੱਥੇ ਪੜ੍ਹਦੀ ਹੈ ਗੌਰਮੈਂਟ ਹਾਈ ਸਕੂਲ 'ਚ, ਤਾਂ ਉਹਨੂੰ ਵੀ ਉਹੀ 4 ਕਿਲੋਮੀਟਰ ਦਾ ਵੱਧ ਫਾਸਲਾ ਤੈਅ ਕਰਨਾ ਪਊਗਾ। ਸਰ, ਇੱਕ ਅੱਜ ਜਿਹੜਾ ਸੀਗਾ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਾਂਗਰਸ ਸਰਕਾਰ, ਕਾਂਗਰਸ ਦੇ ਅਹੁਦੇਦਾਰਾਂ ਵੱਲੋਂ, ਸ਼ਹਿਰ ਦਿਆਂ ਵੱਲੋਂ, ਉਹਨਾਂ ਤਰਕ ਹੈ ਵੀ ਜਿਹੜਾ ਇੱਥੇ ਲੰਬਾ ਜਾਮ ਲੱਗਦਾ ਗਾ ਔਰ ਐਮਰਜੈਂਸੀ ਦੇ ਦੌਰਾਨ ਜਿਵੇਂ ਐਂਬੂਲੈਂਸ ਇੱਥੇ ਆ ਕੇ ਫਸ ਜਾਂਦੀ ਆ, ਵੀ ਇਹਦੇ ਬਣ ਨਾਲ ਬਹੁਤ ਵੱਡਾ ਫਾਇਦਾ ਹੋਣਾ ਔਰ ਕੁਛ ਜਿਹੜੇ ਹੈਗੇ ਆ ਕੁਛ ਪਰਸੈਂਟ ਹੀ ਜਿਹੜਾ ਇਹਦਾ ਨੁਕਸਾਨ ਸਰ ਉਹਨੂੰ ਲੈ ਕੇ ਆਉਣਾ ਤੁਹਾਨੂੰ? ਨਹੀਂ ਸਰ ਜੀ, ਦੇਖੋ ਉਹ ਅੰਡਰਪਾਸ ਰਹੇ ਵੀ ਜੇ ਤੁਸੀਂ ਕਹੋ ਕੋਈ 16 ਟਰਾਲਾ 28 ਟਰਾਲਾ ਉਹ ਤਾਂ ਨਹੀਂ ਲੰਘਦਾ ਅੰਡਰਪਾਸ, ਪਰ ਅੰਡਰਪਾਸ ਵਿੱਚ ਦੀ ਬਹੁਤ ਈਜ਼ੀਲੀ ਐਂਬੂਲੈਂਸ ਲੰਘੂਗੀ। ਉਹ ਹੁਣ ਜਿਹੜੇ ਸਾਡੇ ਸਟਰਗਲ ਦੌਰਾਨ ਕੋਈ ਐਂਬੂਲੈਂਸ ਆਉਂਦੀ ਆ, ਅਸੀਂ ਉਹਨੂੰ ਸਾਡੇ ਵਲੰਟੀਅਰ ਲੰਘਾਉਂਦੇ ਨੇ, ਕੋਈ ਹੋਰ ਬੁੱਢਾ ਠੇਰਾ ਕੋਈ ਬਿਮਾਰ, ਅਸੀਂ ਉਹਨਾਂ ਦਾ ਪੂਰਾ ਖਿਆਲ ਰੱਖਦੇ ਹਾਂ। ਅਤੇ ਅਸੀਂ ਵੀ ਦੇਖੋ ਗੁੱਡ ਸਿਵਰੀਅਨ ਆ, ਇਹ ਜੋ ਬੈਠੇ ਨਾ ਜੀ ਸਰ ਜੀ, ਇਹ ਸਾਰੇ ਚੰਗੇ ਨਾਗਰਿਕ ਹੈ, ਇਹਦੇ 'ਚੋਂ 85% ਇਨਕਮ ਟੈਕਸ ਪੇ ਕਰਦੇ ਆ, ਇਹਨਾਂ ਨੇ ਕਦੇ ਨੰਗੀ ਕਰਦ ਨਹੀਂ ਫੜੀ। ਇਹ ਨਾ ਤਾਂ ਹਿੰਸਾ ਕਰਨ ਜਾਣਦੇ ਆ, ਨਾ ਹਿੰਸਾ ਦੇ ਇਹ ਆਦੀ ਹੈ। ਅਸੀਂ ਤਾਂ ਇਹਨਾਂ ਦੇ ਕਦੇ ਕੁੱਤੇ ਦੇ ਰੋੜੀ ਡਾਂਗ ਨਹੀਂ ਮਾਰੀ, ਫਿਰ ਇਹ ਕਿਉਂ ਖੜ ਕੇ ਇੱਥੇ ਬਹਿ ਗਏ? ਕੋਈ ਇਹਨਾਂ ਦੇ ਦਿਲ ਨੂੰ ਪੁੱਛ ਕੇ ਦੇਖੇ, ਹੁਣ ਜਿਹਦੀ ਬਿਲਡਿੰਗ ਹੈ ਕਿਸੇ 15 ਫੁੱਟ ਚੌੜੀ ਜਾਂ 30 ਫੁੱਟ ਚੌੜੀ ਹੈ, ਉਹਦਾ ਘੱਟੋ ਘੱਟ 1 ਕਰੋੜ ਰੁਪਇਆ ਘੱਟ ਜਾਂਦਾ, ਜਿਹਦੀ 15 ਫੁੱਟ ਚੌੜੀ ਆ ਉਹਦਾ ਵੀ 30-40 ਲੱਖ ਘੱਟ ਜਾਂਦਾ। ਫਿਰ ਸਾਨੂੰ ਤਾਂ ਇਹ ਡਾਊਟ ਹੈ ਜੀ ਸਰ ਜੀ, ਪੱਤਰਕਾਰ ਸਾਹਿਬ ਸਾਡੀ ਗੱਲ ਉੱਤੇ ਪਹੁੰਚਾਓ, ਬਈ ਇੱਥੇ ਭੂ ਮਾਫੀਆ ਅੰਡਰਗਰਾਊਂਡ ਸਰਗਰਮ ਹੋਣਾ, ਉਹਨਾਂ ਨੇ ਬਾਹਰ ਕਿੱਲਿਆਂ ਦੇ ਕਿੱਲੇ ਖਰੀਦ ਲਏ, ਕਲੋਨੀਆਂ ਬਣਾਈ ਜਾਂਦੇ ਆ, ਉਹਨਾਂ ਨੂੰ ਪਤਾ ਅਲਟੀਮੇਟਲੀ ਇਹ ਦੁਕਾਨਦਾਰਾਂ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ, ਇਹਨਾਂ ਨੇ ਬਾਹਰ ਜਾਣਾ ਹੀ ਜਾਣਾ। ਸੋ ਇਹ ਭੂ ਮਾਫੀਆ ਸਾਇਲੈਂਟਲੀ ਅੰਡਰ ਸਰਗਰਮ ਹੈ, ਇਹਦੀ ਅਸੀਂ ਤਾਂ ਸਮਝਦੇ ਵੀ ਕੋਈ ਜਾਂਚ ਹੋਣੀ ਚਾਹੀਦੀ ਹੈ। ਇਹ ਕਹਿੰਦੇ ਵੀ ਜਿਹੜਾ ਇਹ ਓਵਰ ਬ੍ਰਿਜ ਬਣ ਰਿਹਾ ਹੈਗਾ ਇਹਦਾ ਅਸੀਂ ਵਿਰੋਧ ਨਹੀਂ ਕਰਦੇ, ਅਸੀਂ ਕਹਿੰਦੇ ਵੀ ਇੱਥੇ ਅੰਡਰ ਬ੍ਰਿਜ ਬਣੇ ਤਾਂ ਜੋ ਜਿਹੜੇ ਛੋਟੇ ਵਹੀਕਲ ਉਹ ਵੀ ਆਰਾਮ ਨਾਲ ਲੰਘ ਸਕਣ। ਜਿਹੜੀ ਇਹ ਮਾਰਕੀਟ ਤੁਸੀਂ ਦੇਖ ਰਹੇ ਹੋ, ਜਿਹੜੀ ਮਾਰਕੀਟ ਬਣੀ ਵੀ ਹੈ, ਮਾਰਕੀਟ ਵੀ ਬਾਜੇ ਔਰ ਜਿਹੜਾ ਦੁਕਾਨਦਾਰਾਂ ਦਾ ਹੈਗਾ ਉਹ ਜਿਹੜਾ ਨੁਕਸਾਨ ਆ ਉਹ ਨਾ ਹੋਵੇ। ਔਰ ਦੂਸਰਾ ਇਹ ਕਹਿ ਰਿਹਾ ਵੀ ਭੂ ਮਾਫੀਏ ਨੂੰ ਬੜਾਵਾ ਦੇਣ ਦੇ ਲਈ ਜਿਹੜਾ ਹੈਗਾ ਇਹ ਓਵਰ ਬ੍ਰਿਜ ਦਾ ਜਿਹੜਾ ਨਿਰਮਾਣ ਕੀਤਾ ਜਾ ਰਿਹਾ ਹੈਗਾ, ਤਾਂ ਜੋ ਭੂ ਮਾਫੀਆ ਵੱਲੋਂ ਜੋ ਕੁਛ ਕਲੋਨੀਆਂ ਇੱਥੇ ਸ਼ਹਿਰ ਦੇ ਵਿੱਚ ਕੱਟੀਆਂ ਜਾ ਰਹੀਆਂ ਉਹਨਾਂ ਨੂੰ ਸਿੱਧੇ ਤੌਰ 'ਤੇ ਜਿਹੜਾ ਹੈਗਾ ਗਾ ਫਾਇਦਾ ਪਹੁੰਚ ਸਕੇ। ਰਾਮਪੁਰਾ ਫੂਲ ਤੋਂ ਕੈਮਰਾਮੈਨ ਰਮਨਪ੍ਰੀਤ ਰਾਜ, ਜਸਵੀਰ ਔਲਖ, NC7 News।